ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਆਟੋ ਨਿਊਜ਼ ਬਾਰੇ ਗੱਲਬਾਤ ਕਰਨੀ ਹੈ ਕੋ ਬਹੁਤੀਆਂ ਖਬਰਾਂ ਨਹੀਂ ਹੈਗੀਆਂ ਆਟੋ ਮੋਬਾਈਲ ਇੰਡਸਟਰੀ ਦੇ ਵਿੱਚ ਸਿਰਫ ਦੋ ਚਾਰ ਜ਼ਰੂਰੀ ਗੱਲਾਂ ਪਤਾ ਇੱਕ ਦੋ ਮਿੰਟ 'ਚ ਮੁਕਾ ਦਾਂਗੇ ਆਪਾਂ ਸਭ ਤੋਂ ਜਿਹੜੀ ਇਸ ਟਾਈਮ ਵਧੀਆ ਨਿਊਜ਼ ਆ ਰਹੀ ਆ ਕਿ ਟਾਟਾ ਹੈਰੀਅਰ ਔਰ ਟਾਟਾ ਸਫਾਰੀ ਦੋਨੇ ਈਵੀ ਦੇ ਵਿੱਚ ਲਾਂਚ ਹੋਣ ਜਾ ਰਹੀਆਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸ ਦਿੱਤਾ ਹੀਗਾ ਹੁਣ ਇਹਦੇ ਵਿੱਚ ਸਭ ਤੋਂ ਖਾਸ ਚੀਜ਼ ਕੀ ਆ ਰਹੀ ਹੈ ਕਿ ਈਵੀ ਦੇ ਵਿੱਚ ਡਿਊਲ ਮੋਟਰ ਸੈਟਅਪ ਸਿੰਗਲ ਮੋਟਰ ਸੈਟਅਪ ਦੋਨੇ ਆਪਸ਼ਨਾਂ ਮਿਲਣਗੀਆਂ ਉਦੋਂ ਬਾਅਦ ਆਰ ਵੀਲ ਡਰਾਈਵ ਐਫ ਵੀਲ ਡਰਾਈਵ ਆਰਵਨ ਡਰਾਈਵ ਤੇ ਆਲ ਵੀਲ ਡਰਾਈਵ ਤਿੰਨੇ ਆਪਸ਼ਨ ਆਦੇ ਯਾਨੀ ਕਿ ਤੁਸੀਂ ਚਾਹੋ ਤੇ ਅਗਲੇ ਟਾਇਰ ਜ਼ੋਰ ਲਾਉਣ ਪਿਛਲੇ ਟਾਇਰ ਜ਼ੋਰ ਲਾਉਣ ਜਾਂ ਚਾਰੇ ਟਾਇਰ ਜ਼ੋਰ ਲਾਉਣ ਤਿੰਨੇ ਸੈਟਅਪ ਦੇ ਵਿੱਚ ਲੱਗ-ਲੱਗ ਵੇਰੀਐਂਟ ਆਉਣਗੇ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ ਜਿੱਦਾਂ ਦੀ ਤੁਹਾਨੂੰ ਸਫਾਰੀ ਜਾਂ ਹੈਰੀਅਰ ਪਸੰਦ ਹੋਏਗੀ ਉਦਾਂ ਦੀ ਮਿਲ ਜੂਗੀ ਅ ਪਿੱਛੇ ਜਿਹੜੀਆਂ ਆਈਆਂ ਨੇ ਸਫਾਰੀ ਔਰ ਹੈਰੀਅਰ ਤੇ ਹਰੇਕ ਬੰਦੇ ਦੀ ਸ਼ਿਕਾਇਤ ਰਹੀ ਆ ਕਿ 4-wheel drive ਚ ਹੈ ਨੀਗੀ 4x4 ਚ ਨਹੀਂ ਹੈਗੀ ਸੋ ਹੁਣ ਇਹ ਵਾਲਾ ਤੁਹਾਡਾ ਲੰਬਾ ਲੱਥੂਗਾ ਇਹਦੇ ਨਾਲ ਨਾਲ ਜਿਹੜੀਆਂ 2024 ਦੇ ਵਿੱਚ ਗੱਡੀਆਂ ਲਾਂਚ ਹੋ ਰਹੀਆਂ ਨੇ ਚਾਰ ਨਵੀਆਂ ਕਾਰਾਂ ਆ ਰਹੀਆਂ ਚਾਰ EV ਕਾਰਾਂ ਆ ਰਹੀਆਂ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਕਾਰਬ ਆਊਗੀ ਕਾਰਬ ਜਿਹੜੀ ਸਪੈਸ਼ਲ EV ਦੇ ਵਿੱਚ ਆਊਗੀ ਸਭ ਤੋਂ ਪਹਿਲਾਂ EV ਚ ਲਾਂਚ ਹੋਊਗੀ 500 ਕਿਲੋਮੀਟਰ ਦੀ ਰੇਂਜ ਇੱਕ ਚਾਰਜ ਦੇ ਨਾਲ ਕੰਪਨੀ ਦੱਸ ਰਹੀ ਹੈ ਉਸ ਤੋਂ ਬਾਅਦ MG ਦੀ ਆਊਗੀ ਕਲਾਉਡ EV ਪ੍ਰੋਪਰ EV ਕਾਰ ਹੋਊਗੀ પેટ્રોલ ਡੀਜ਼ਲ ਦੇ ਵਿੱਚ ਫਿਲਹਾਲ ਦੀ ਗੱਡੀ ਕੋਈ ਖਬਰ ਨਹੀਂ ਹੈਗੀ ਆਉਣ ਦੀ 15 ਤੋਂ ਲੈ ਕੇ 20 ਲੱਖ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ ਤੇ 450 ਤੋਂ ਲੈ ਕੇ 550 ਦੇ ਅੰਦਾਜ਼ਾ ਰੇਂਜ ਹੋ ਸਕਦੀ ਹੈ ਜੋ ਕੰਪਨੀ ਦੱਸੂਗੀ ਉਸ ਤੋਂ ਬਾਅਦ Kia ਦੀ EV9 ਇਹ ਵੀ 2024 ਦੇ ਵਿੱਚ ਹੀ ਲਾਂਚ ਹੋ ਜੂਗੀ 6 7 ਸੀਟਰ ਦੇ ਵਿੱਚ ਆਊਗੀ ਇਹ ਗੱਡੀ ਜਿਹੜੀ ਆ ਬਾਹਰੋਂ ਬਣ ਕੇ ਆਇਆ ਕਰੂਗੀ ਯਾਨੀ ਸੀਬੀਯੂ ਰੂਟ ਥਰੂ ਆਏਗੀ ਇੰਡੀਆ ਦੇ ਵਿੱਚ ਨਹੀਂ ਤਿਆਰ ਹੋਊਗੀ ਇਸੇ ਕਰਕੇ ਤੇ ਰੇਟ ਬਹੁਤ ਜ਼ਿਆਦਾ ਹੋਣ ਵਾਲਾ 80 ਤੋਂ ਲੈ ਕੇ 90 ਲੱਖ ਰੁਪਇਆ ਹੋ ਸਕਦਾ ਤੇ ਇਹਦੀ ਰੇਂਜ ਜਿਹੜੀ ਆ 550 ਤੋਂ ਲੈ ਕੇ ਤੇ 700 ਕਿਲੋਮੀਟਰ ਤੱਕ ਵੀ ਹੋ ਸਕਦੀ ਹੈ ਬਾਕੀ ਕਹਿਣ ਨੂੰ ਆ ਜਦੋਂ ਆਏਗੀ ਉਦੋਂ ਪਤਾ ਲੱਗੂਗਾ ਅਗਲੀ ਚੌਥੀ ਗੱਡੀ ਆਏਣੀ ਜੀ ਐਕਸਯੂਵੀ ਦੀ E8 ਐਕਸਯੂਵੀ 7W0 ਤੇ ਸਾਰੇ ਪਲੇਟਫਾਰਮ ਤੇ ਤਿਆਰ ਕੀਤੀ ਗਈ ਹੈ ਤੇ 5 ਔਰ 7 ਸੀਟਰ ਦੋਨਾਂ ਦੇ ਵਿੱਚ ਆਊਗੀ 450 ਤੋਂ ਲੈ ਕੇ ਸਾਢੇ 500 ਕਿਲੋਮੀਟਰ ਦੀ ਇਹਦੀ ਰੇਂਜ ਹੋ ਸਕਦੀ ਹੈ ਕੀਮਤ ਇਹਦੀ ਵੀ 25 ਤੋਂ ਲੈ ਕੇ 30 ਲੱਖ ਰੁਪਏ ਦੇ ਆਸ-ਪਾਸ ਹੋ ਜੂਗੀ ਅਗਲੀ ਗੱਲ ਕਰ ਲਈਏ ਦੋਸਤੋ ਸਟਰਨ ਦੀ C3 AirCross ਗੱਡੀ ਵਧੀਆ ਹੈ ਇੰਜਣ ਚੰਗੇ ਆ ਪਰ ਇਹਦੀ ਸੇਲ ਬਿਲਕੁਲ ਨਹੀਂ ਹੋ ਰਹੀ ਇਸੇ ਕਰਕੇ ਕੰਪਨੀ ਨੇ ਸਟਰਨ ਨੇ 2,62,000 ਰੁਪਿਆ ਰੇਟ ਇਹਦਾ ਘਟਾ ਦਿੱਤਾ ਹੈ ਦੋਨੀ ਐਡੀਸ਼ਨ ਵੀ ਇਹਦਾ ਇੱਕ ਲਾਂਚ ਕੀਤਾ ਜਿਹਦੀ ਕੀਮਤ 11,82,000 ਰੁਪਿਆ ਐਕਸ ਸ਼ੋਰੂਮ ਪ੍ਰਾਈਸ ਦੱਸੀ ਜਾ ਰਹੀ ਹੈ ਅਗਲੀ ਗੱਲ ਕਰੀਏ ਤੇ ਇੱਕ ਗਲੋਬਲ ਬ੍ਰਾਂਡ ਇੰਡੀਆ ਦੇ ਵਿੱਚ ਹੋਰ ਨਵਾਂ ਆਉਣ ਜਾ ਰਿਹਾ ਪਹਿਲੇ ਗਲੋਬਲ ਬ੍ਰਾਂਡ ਜਿਹੜੇ ਆ ਉਹਨਾਂ ਨੂੰ ਟਾਟਾ ਔਰ ਮਹਿੰਦਰਾ ਨਹੀਂ ਟਿਕਨ ਦੇ ਰਹੀ ਹੁੰਡਾਈ ਦੀ ਵੀ ਸੇਲ ਠੀਕ ਹੋ ਰਹੀ ਆ ਅਮਰੂਤੀ ਦੀ ਵੀ ਸੇਲ ਠੀਕ ਹੋ ਰਹੀ ਆ ਤਿੰਨ ਚਾਰ ਬ੍ਰਾਂਡ ਨੇ ਕਿਸੇ ਵੀ ਬ੍ਰਾਂਡ ਨੂੰ ਬਹੁਤਾ ਜਿਆਦਾ ਕਾਮਯਾਬ ਨਹੀਂ ਹੋਣ ਦਿੰਦੇ ਪ੍ਰੋਡਕਟ ਹੀ ਇੰਨੇ ਲਾਂਚ ਕਰਦੇ ਆ ਸੋ ਗਲੋਬਲ ਬ੍ਰਾਂਡ ਦਾ ਨਾਮ ਹੈ ਵਿਮ ਫਾਸਟ ਵਿਮ ਫਾਸਟ ਕੰਪਨੀ ਜਿਹੜੀ ਆ ਉਹ ਪਹਿਲੀ ਇੰਡੀਆ ਦੇ ਵਿੱਚ ਗੱਡੀ ਲਾਂਚ ਕਰਨ ਜਾ ਰਹੀ ਆ VF e34 VF e 34 ਗੱਡੀ ਦਾ ਨਾਮ ਆ ਔਰ ਇਹਦੀ ਟੈਸਟਿੰਗ ਚੱਲ ਰਹੀ ਆ ਨੇਰਦਾਗ ਦੇ ਵਿੱਚ ਵੀ ਟੈਸਟਿੰਗ ਚੱਲ ਰਹੀ ਹੈ ਇਹਦੀ ਆਲ ਇੰਡੀਆ ਦੇ ਵਿੱਚ ਅਲਗ-ਅਲਗ ਜਗ੍ਹਾ ਚੈੱਕ ਕਰਕੇ ਵੇਖ ਰਹੇ ਆ ਮੌਸਮ ਦੇ ਹਿਸਾਬ ਨਾਲ ਕੀ ਕੁਝ ਬਦਲਾਅ ਕੀਤੇ ਜਾਣੇ ਚਾਹੀਦੇ ਆ ਸਾਰਾ ਕੁਝ ਕਰ ਰਹੇ ਆ ਸੋ ਬਹੁਤ ਜਲਦ ਇੰਡੀਆ ਦੇ ਵਿੱਚ ਲਾਂਚ ਹੋਏਗੀ ਪਹਿਲੀ ਕਾਰ ਹੈ ਆਉਗੀ ਪ੍ਰੋਪਰ ਈਵੀ ਕਾਰ ਹੋਊਗੀ ਔਰ ਇਹ ਦੋਸਤੋ ਇਹਦੀ ਕੀਮਤ ਜਿਹੜੀ ਹੈ 25 ਤੋਂ 30 ਲੱਖ ਰੁਪਿਆ ਰੱਖੀ ਜਾਊਗੀ ਤੇ ਰੇਂਜ ਇਹਦੀ ਜਿਹੜੀ ਹੈ 500 ਕਿਲੋਮੀਟਰ ਦੇ ਆਸ-ਪਾਸ ਦੱਸੀ ਜਾ ਰਹੀ ਹੈ ਅੱਗੇ ਦੋਸਤੋ ਐਮਜੀ ਦੀ ਇੱਕ ਨਵੀਂ SUV ਆ ਰਹੀ ਹੈ ਜਿਹਦੀ ਟੈਸਟਿੰਗ ਚੱਲ ਰਹੀ ਹੈ ਇਹ ਗੱਡੀ ਜਿਹੜੀ ਹੈ ਪ੍ਰੋਪਰ EV ਦੇ ਵਿੱਚ ਆਊਗੀ 50 ਕਿਲੋਵਾਟ ਦਾ ਇਹਦੇ ਵਿੱਚ ਬੈਟਰੀ ਸੈਟਅਪ ਦਿੱਤਾ ਗਿਆ ਤੇ 500 ਕਿਲੋਮੀਟਰ ਦੀ ਇਹਦੀ ਰੇਂਜ ਹੋਊਗੀ ਤੇ 175 ਹॉर्सपावर ਜਨਰੇਟ ਕਰੂਗੀ ਇਹਦਾ ਜਿਹੜਾ ਮੋਟਰ ਸੈਟਅਪ ਆ ਅਗਲੀ ਗੱਲ ਕਰ ਲਈਏ ਤੇ ਦੋਸਤੋ Kia ਦੀ Klevis ਬਹੁਤ ਜਲਦੀ ਇੰਡੀਆ ਦੇ ਵਿੱਚ ਲਾਂਚ ਹੋਣ ਜਾ ਰਹੀ ਹੈ ਇਹਦੀਆਂ ਵਿੱਚ ਤਿਆਰੀਆਂ ਫੁੱਲ ਜੋਰਾਂ ਤੇ ਚੱਲ ਰਹੀਆਂ ਤੇ ਦੋਸਤੋ ਅਸਲ ਦੀ ਗੱਲ ਇਦਾਂ ਵਾਂ ਕਿ ਸਾਰੀਆਂ ਕਾਰ ਕੰਪਨੀਆਂ ਦਾ ਜੋਰ ਇਸ ਟਾਈਮ ਜਿਹੜਾ ਉਹ EV ਸੈਗਮੈਂਟ ਤੇ ਲੱਗਿਆ ਹੋਇਆ ਹਾਲਾਂਕਿ EV ਸੈਗਮੈਂਟ ਨੂੰ ਲੋਕ ਇੰਨਾ ਜ਼ਿਆਦਾ ਵੀ ਪਸੰਦ ਨਹੀਂ ਕਰ ਰਹੇ ਕਿ ਬਹੁਤ ਜ਼ਿਆਦਾ ਕਿਤੇ ਸੇਲ ਹੋ ਰਹੀ ਹੈ ਇਦਾਂ ਨਹੀਂ ਹੋ ਰਿਹਾ ਪਰ ਜ਼ਿਆਦਾਤਰ ਕਾਰ ਕੰਪਨੀਆਂ ਨੂੰ ਇਦਾਂ ਲੱਗਦਾ ਹੈ ਇਦਾਂ ਹੋ ਵੀ ਸਕਦਾ ਹੈ ਕਿ ਅੱਗੇ ਪੈਟਰੋਲ ਡੀਜ਼ਲ ਦਾ ਫਿਊਚਰ ਨਹੀਂ ਹੈਗਾ ਮਜਬੂਰਨ ਲੋਕਾਂ ਨੂੰ EV ਕਾਰਾਂ ਖਰੀਦਣੀਆਂ ਪੈਣਗੀਆਂ ਇਸ ਕਰਕੇ EV ਤੇ ਬੜਾ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਸੋ ਇਹ ਕਲੈਵਜ਼ ਜਿਹੜੀ ਹੈ ਇਹ EV 'ਚ ਵੀ ਆਊਗੀ 1 ਲੀਟਰ ਪੈਟਰੋਲ ਇੰਜਨ ਤੇ ਚਾਊਗਾ ਔਰ 1.5 ਡੀਜ਼ਲ ਇੰਜਨ ਇਹਦੇ ਵਿੱਚ ਆਊਗਾ ਔਰ EV ਸੈਗਮੈਂਟ ਦੇ ਨਾਲ-ਨਾਲ ਆਊਗੀ ਇਹ ਗੱਡੀ ਦੀ ਰੇਂਜ ਜਿਹੜੀ ਹੈ 350-400 ਕਿਲੋਮੀਟਰ ਹੋ ਸਕਦੀ ਹੈ ਜਦੋਂ ਇੰਡੀਆ ਦੇ ਵਿੱਚ ਆਊਗੀ ਸੋ ਇਹ ਸੀਗੀਆਂ ਸਾਰੀਆਂ ਖਬਰਾਂ ਬਹੁਤ ਸ਼ਾਰਟ 'ਚ ਮੈਂ ਮੁਕਾ ਦਿੱਤੀਆਂ ਕਿਉਂਕਿ ਤੁਹਾਡਾ ਟਾਈਮ ਜਿਹੜਾ ਉਹ ਬਹੁਤ ਕੀਮਤੀ ਹੁੰਦਾ ਸੋ ਮਿਲਦੇ ਹਾਂ ਅਗਲੀਆਂ ਵੀਡੀਓ ਦੇ ਨਾਲ ਅਗਲੀਆਂ ਖਬਰਾਂ ਦੇ ਨਾਲ ਅਗਲੇ ਮੁੱਦਿਆਂ ਦੇ ਨਾਲ ਧੰਨਵਾਦ